निकी निकी गल दा किड्डा वड्डा राई दा पहाड़ बणाउंदा गोदी मीडिया, कोई है उन्हां नूं कोई इहदे बारे खबर, कोई आ के वेखण पुछण, किसे किसान को पुछण तो सही कि करोना काल दे विच किद्दां दा गया वा, इन्ने माड़े हालातां च वी सारे मुल्क नूं रोटी देई रखी आ, ते 1509 बासमती दा रेट रुलिया, उस तों बाद मटर लाए, जदों मटर किसानां दी वारी आई उह रुले, हुण उस तों बाद कोई जिकंदर ला रहा, हुण इन्हां ने गोभी लाई आ, ते इह वी सारे बाहर दे पैसे नाल अपनी जमीन दे विच इह कीता डाइवर्सीफिकेशन के किसे तरीके नाल पे कणक झोने दे चक्कर चों निकलिया जावे, पर उहदा जिहड़ा खामियाजा आ जां उहदा नतीजा आ जां उहदा जिहड़ा कह लो भी चंगे काम का जिहड़ा मुनाफा आ मिलिया जे, हुण इन्हां ने अगे भी कोई प्लानिंग कीती होगी ते डेफिनेटली जिहड़ा इन्ना 2.5 लाख रुपया एक पैसा जिहड़ा लग गया उह चों आया ही नहीं आ, ते अगों बंदे दी उदां ही हिम्मत जवाब दे जांदी आ, अजे भी आ जमीन नूं तैयार करन दे विच आ देखो सारे अजे इहनूं चंगी तरह तैयार करनगे ते फिर ही जिहड़ियां आउण वालियां 4-5 हुण टाइम आ फसलां दा, इह चाहे भिंडी लाउण, मिर्चां लाउण, टमाटर लाउण, खीरे लाउण, कालियां तोरियां लाउण, मांह लाउण, मूंगी लाउण, मक्की लाउण, कहण नूं तां गल्लां वेखण नूं बड़ियां चंगियां लगदियां, पर कुछ भी कन्फर्म नहीं हैगा भी उह 2 पैसे देणगे। एक सारी दुनिया दे विच किसान ही इहो जी कौम आ जिहड़ा रब दे नां ते बाबे नानक दा नां लै के ते फसल बीज दिंदा आ, ਉਹ ਹੁਣ ਅਗਲਿਆਂ ਦੇ ਹੱਥ ਆ ਅੱਗੋਂ ਰੇਟ ਲੱਗਣਾ ਨਹੀਂ ਲੱਗਣਾ, ਜਿੱਦਾਂ ਆਹ ਇੱਧਰ ਹੋ ਗਈ ਆ। ਇੱਕ ਜਿਹੜਾ ਥੋੜ੍ਹੀ ਜਿਹੀ ਜਿਹਨੂੰ ਕਹਿੰਦੇ ਮਰਦੇ ਬੰਦੇ ਦੇ ਮੂੰਹ ਨੂੰ ਆਕਸੀਜਨ ਵੈਂਟੀਲੇਟਰ 'ਤੇ ਰੱਖਣਾ, ਉਹ ਸੀਗਾ ਕਣਕ ਝੋਨੇ ਵਾਲਾ। ਕੁੱਲ ਮਿਲਾ ਕੇ ਤਾਂ 23 ਫਸਲਾਂ ਵਾ, ਆਪਾਂ ਸਾਰਿਆਂ ਨੂੰ ਪਤਾ ਆ ਵੀ ਕਣਕ ਝੋਨੇ ਦਾ ਵੀ ਰੇਟ ਪ੍ਰੋਪਰ ਨਹੀਂ ਕਿਸੇ ਨੂੰ ਮਿਲਦਾ, ਬਾਕੀ ਜਿਹੜੀਆਂ ਇੱਕੀਆਂ ਉਹਨਾਂ ਦਾ ਤਾਂ ਕੀ ਮਿਲਣਾ ਆ, ਭਾਵੇਂ 1800 ਰੁਪਈਆ ਮੱਕੀ ਦਾ ਹੀ ਅਤੇ ਉਹਦੇ 'ਚ ਵੀ ਉਹ 800-900 ਨੂੰ ਵੇਗੀ। ਇਹ ਸਰਪੰਚ ਸਾਹਿਬ ਕਹਿ ਰਹੇ ਸੀ ਕਿ ਮੈਂ ਮੱਕੀ ਲਾਉਣੀ ਆ, ਮੈਂ ਇਹਨਾਂ ਨੂੰ ਕਿਹਾ ਵੀ ਇਹ ਵੀ ਸੋਚ ਲਿਓ ਜ਼ਰਾ, ਕਿਉਂਕਿ ਮੁੜ ਕੇ ਬਾਰਿਸ਼ਾਂ ਦਾ ਟਾਈਮ ਹੁੰਦਾ ਆ, ਉੱਧਰੋਂ ਉਹਨੂੰ ਕੱਢਣਾ, ਮੱਕੀ ਦਾ ਮੈਕਾਨਿਜ਼ਮ ਨਹੀਂ ਆਪਣੇ ਕੋਲ ਹੈਗਾ, ਅਜੇ ਮੰਡੀਆਂ 'ਚ ਡਰਾਇਰ ਨਹੀਂ ਹੈਗੇ, ਜੋ ਸਾਡਾ ਸਾਰਾ ਮੰਡੀ ਦਾ ਢਾਂਚਾ ਆ ਉਹ ਕਣਕ ਝੋਨੇ ਦੇ ਮੁਤਾਬਕ ਡਿਵੈਲਪ ਕੀਤਾ ਗਿਆ, ਪਰ ਫਿਰ ਵੀ ਉਹ ਆਉਂਦੇ ਨਾ ਫਿਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਹੁਣ ਸਰਕਾਰ ਨੂੰ ਚਾਹੀਦਾ ਕੀ ਸੀ, ਉਹ ਪੰਜਾਬ ਹਰਿਆਣੇ ਦੇ ਕੀਤੇ ਆਸਾਨ ਦਾ ਮੁੱਲ ਚੁਕਾਉਂਦੇ ਵੀ ਇਹ ਫੁੱਟਬਾਲ ਆ ਜਿਹਨੇ ਸਾਰੀ ਆਪਣੇ ਹਿੰਦੁਸਤਾਨ ਨੂੰ ਭੁੱਖੇ ਮਰਨ ਤੋਂ ਬਚਾ ਤਾ, ਬਥੇਰਾ ਆਪਣੀ ਜ਼ਮੀਨ ਦਾ ਸ਼ੋਸ਼ਣ ਕੀਤਾ ਆ ਕਣਕ ਝੋਨੇ 'ਚੋਂ ਕੱਢ ਕੇ, ਅਤੇ ਇਹਨਾਂ ਨੂੰ ਇਸ ਪਾਸੇ ਲਾਉਂਦੀ, ਕੋਈ 5 ਸਾਲਾ ਯੋਜਨਾ ਬਣਾਉਂਦੀ, ਉਸ 'ਤੇ ਤਰੀਕੇ ਨਾਲ ਲੋਕਾਂ ਨੂੰ ਪ੍ਰਪੇਅਰ ਕਰਦੀ, ਉਹਨਾਂ ਨੂੰ ਸਬਸਿਡਾਈਜ਼ ਕਰਦੀ, ਅਤੇ ਹੌਲੀ ਹੌਲੀ ਆਪੇ ਕਣਕ ਝੋਨੇ ਦਾ ਨਾਂ ਮੁੱਕ ਜਾਣਾ ਸੀਗਾ, ਅਤੇ ਨਾ ਉਹਦੀ MSP ਦਾ ਅਤੇ ਨਾ ਖਰੀਦ ਦਾ ਰੌਲਾ ਪੈਂਦਾ। ਪਰ ਉਲਟਾ ਜਿਹੜੀ ਉਹ ਵੀ ਇੱਕ ਮਾੜੀ ਮੋਟੀ ਜੀ ਜਿਹੜੀ ਸਾਹ ਆਉਂਦਾ ਸੀ ਉਹਨੂੰ ਵੀ ਬੰਦ ਕਰਕੇ ਅਤੇ ਸਾਰਾ ਕੁਝ ਦੇ ਹੀ ਕਾਰਪੋਰੇਟ ਦੇ ਹੱਥ ਦੇਣਾ, ਉਹਨਾਂ ਕੋਲ ਸਿਸਟਮ ਆ, ਟੈਕਨੋਲੋਜੀ ਆ, ਪੈਸਾ ਆ, ਪਰ ਚਲੋ ਕਿਸਾਨ ਨਿਕਲ ਜਾਣਗੇ। ਮੈਂ ਛੇਤੀ ਹੁਣ ਗੱਲ ਖਤਮ ਕਰਦਾ, ਹਮੇਸ਼ਾ ਹੀ ਵਾਰ ਵਾਰ ਮੈਂ ਕਹਿੰਦਾ ਹਾਂ ਵੀ ਜੇ ਸੈਂਟਰ ਗੌਰਮੈਂਟ ਤੋਂ ਰੁਪਈਆ ਚੱਲਦਾ ਆ ਅਤੇ ਫਾਰਮਰ ਤੱਕ 5 ਪੈਸੇ ਮਦਦ ਮਿਲਦੀ ਆ, ਜੇ ਨੁਕਸਾਨ ਵੀ ਹੋਊ ਤਾਂ ਇੱਕ ਕਿਸਾਨ ਦਾ ਤਾਂ 5 ਪੈਸੇ ਹੋਣਾ, ਆ ਬਾਕੀ ਜਨਤਾ ਦਾ ਕੀ ਬਣੂ। ਆ ਕਿਸਾਨ ਦੇ ਨੁਕਸਾਨ ਦੇ ਵਿੱਚ ਵੇਖੋ ਕਿੰਨੀ ਜਨਤਾ ਆ, ਅੱਜ ਇਹਨਾਂ ਨੇ ਘੱਟੋ ਘੱਟ 7-8 ਦਿਨ ਦਾ ਜਿਹੜਾ ਰਾਸ਼ਨ ਆ ਆਪਣੇ ਡੰਗਰਾਂ ਲਈ ਵੀ ਜਮ੍ਹਾਂ ਕਰ ਲਿਆ ਵਾ, ਇਹਨਾਂ ਨੇ ਖੁੱਲ ਦੇ ਤੀ, ਕੁਛ ਆਪਣੇ ਖਾਣ ਪੀਣ ਲਈ ਸਬਜ਼ੀ ਵੀ ਜਮ੍ਹਾਂ ਕਰ ਲਈ ਆ। ਇੱਦਾਂ ਕਰਨਗੀਆਂ ਕੰਪਨੀਆਂ, ਕੰਪਨੀ ਦੇ ਖੇਤ ਦੇ ਵਿੱਚੋਂ ਗੰਨਾ ਇੱਕ ਤੋੜ ਕੇ ਵਿਖਾਇਓ ਹਾਂ, ਜਾਂ ਕੋਈ ਗਾਜਰ ਮੂਲੀ ਜਾਂ ਇੱਦਾਂ ਗੋਭੀ ਦਾ ਫੁੱਲ ਤੋੜ ਕੇ ਵਿਖਾਇਓ। ਬਹੁਤ ਸਾਰੇ ਲੋਕ ਇਹਨੂੰ ਬੜੇ ਚੰਗੀ ਤਰ੍ਹਾਂ ਗੰਭੀਰਤਾ ਨਾਲ ਸਮਝ ਰਹੇ ਆ, ਬਹੁਤ ਸ਼ਹਿਰੀ ਤਬਕਾ ਸਾਡੇ ਸਰਕਲ ਦਾ ਬੜਾ ਤਗੜਾ ਹੋ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਡਿਆ। ਪਿੰਡਾਂ ਦੇ ਵਿੱਚੋਂ ਅਜੇ ਵੀ 100 ਦੇ ਵਿੱਚੋਂ ਬਾਮੁਸ਼ਕਲ 10% ਬੰਦੇ ਜਿਹੜੇ ਆ ਉਹ ਅਵੇਅਰ ਨੇ ਅਤੇ ਉਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ, ਅਤੇ ਜੇ 3 ਕਰੋੜ ਦੀ ਆਬਾਦੀ 'ਚੋਂ ਸਮਝ ਲਓ ਵੀ ਕਿਤੇ 30-40% ਅਵੇਅਰ ਹੋ ਜਾਣਾ ਅਤੇ ਵੇਖ ਲਓ ਫਿਰ ਅਸਲੀ ਪ੍ਰੈਸ਼ਰ ਬਣਨਾ। ਅਜੇ ਜਿਹੜਾ ਹਰਿਆਣਾ, UP, ਰਾਜਸਥਾਨ ਆ ਉਹ ਵੱਖਰਾ ਆ, ਇੱਦਾਂ ਦੇ ਹਾਲਾਤ ਬਣੇ ਹੋਏ ਆ ਕਿ ਇਹ ਤਾਂ ਚਲੋ ਇਹਨਾਂ ਨੂੰ ਮਦਦ ਸੀ ਬੇਟੇ ਵੱਲੋਂ, ਅਤੇ ਇਹਨਾਂ ਨੇ ਗਾਂਹ ਹੁਣ ਕੋਈ ਨਾ ਕੋਈ ਮੱਕੀ ਦਾ ਜਿਹੜਾ ਮੈਂ ਕਹਿਣ ਡਿਆ ਜਾਂ ਟਮਾਟਰ ਜਾਂ ਮਿਰਚਾਂ ਜਾਂ ਕਾਲੀ ਤੋਰੀ ਜਾਂ ਮਾਂਹ ਮੂੰਗੀ ਜਾਂ ਰਾਜਮਾਂਹ ਤਾਂ ਕਰ ਲੈਣਗੇ, ਅਤੇ ਜੇ ਕਿਸੇ ਨੇ ਕਰਜ਼ਾ ਹੀ ਚੁੱਕ ਕੇ ਇਹ ਕੰਮ ਕੀਤਾ ਹੁੰਦਾ ਉਹ ਤਾਂ ਹੋ ਗਿਆ ਨਾ 3-4 ਸਾਲਾਂ ਜੋਗਾ, ਅਤੇ ਅਜੇ ਆਹ ਹਾਲਾਤ ਨੇ ਜਦੋਂ ਕਿਸਾਨ ਕਰ ਰਹੇ ਨੇ। ਪਰ ਆਹ ਜਿਹੜਾ ਹੁਣ ਦੁਨੀਆ ਦਾ ਨਵਾਂ ਹੀ ਨਾਰਾ ਹੋ ਗਿਆ ਆ
ਵੀ ਦੁਨੀਆ ਦਾ ਮਾਲਕ ਕੌਣ ਜਿਹਦਾ ਆਟੇ ਅਤੇ ਡਾਟੇ 'ਤੇ ਕਬਜ਼ਾ। ਡਾਟੇ ਨੇ ਵੀ ਸਾਨੂੰ ਜਿੱਦਾਂ ਦਾ ਗੁਲਾਮ ਬਣਾਤਾ ਉਹ ਵੀ ਸਾਨੂੰ ਪਤਾ ਹੀ ਹੈ, ਅਤੇ ਇਹ ਤਾਂ ਹੁਣ ਆਟੇ 'ਤੇ ਵੀ ਕਬਜ਼ਾ ਹੋਇਆ ਅਤੇ ਫਿਰ ਕੀ ਬਣੂ ਜਨਤਾ ਦਾ? ਅਜੇ ਵੀ ਜਿਨ੍ਹਾਂ ਨੂੰ ਭੁਲੇਖਾ ਉਹਨਾਂ ਨੂੰ ਇਸ ਪਾਸੇ ਸੋਚ ਲੈਣਾ ਬਣਦਾ ਆ। ਅੱਜ ਕਿਸੇ ਸਿਆਣੇ ਨੇ ਦੱਸਿਆ ਇਹ ਵੀ ਅਗਰ ਤੁਸੀਂ ਬਿਹਤਰ ਜ਼ਿੰਦਗੀ ਜੀਣਾ ਚਾਹੁੰਦੇ ਜੇ ਤਾਂ ਤੁਹਾਨੂੰ ਪਿਛਲੀ ਜ਼ਿੰਦਗੀ 'ਚ ਵਾਪਸ ਜਾਣਾ ਪਊਗਾ, ਸਾਦਗੀ ਜ਼ਿੰਦਗੀ 'ਚ, ਤਾਂ ਤੁਸੀਂ ਬਚ ਸਕਦੇ ਜੇ ਇਹਨਾਂ ਦੇ ਪੰਜੇ 'ਚੋਂ, ਕਾਰਪੋਰੇਟ ਤੋਂ। ਅਦਰਵਾਈਜ਼ ਚਾਰੇ ਪਾਸਿਓਂ ਇੰਨਾ ਜ਼ਬਰਦਸਤ ਘੇਰਾ ਆ, ਇਹਨਾਂ ਕੋਈ ਤੁਹਾਡੀ ਜ਼ਿੰਦਗੀ ਦਾ ਚੈਨ ਸਕੂਨ ਸਾਰਾ ਮਾਰ ਲੈਣਾ। ਤੁਸੀਂ ਸਿਰਫ ਇੱਕ ਮਜ਼ਦੂਰ ਅਤੇ ਜਿੱਦਾਂ ਰੋਜ਼ ਜੰਮਦਾ ਅਤੇ ਰੋਜ਼ ਮਰ ਜਾਂਦਾ ਨਾ, ਉਹ ਹਾਲਾਤ ਹੋਣਾ, ਰੋਜ਼ ਖੂਹ ਪੁੱਟਣਾ, ਖੋਜ ਪਾਣੀ ਪੀ ਲੈਣਾ। ਠੀਕ ਹੈ ਜੀ, ਡਾਟੇ ਤੋਂ ਬਗੈਰ ਤਾਂ ਰਹਿ ਲਾਂਗੇ, ਆਟੇ ਤੋਂ ਬਗੈਰ ਕਿੱਦਾਂ ਰਹਾਂਗੇ? ਆਹ ਇੱਕ ਮਜ਼ਦੂਰ ਵੀ ਆ ਇੱਥੇ, ਇਹਦੇ ਵੀ ਵਿਊ ਲੈਂਦੇ ਹਾਂ। ਪਾ ਜੂਰ ਮਸੀਹ ਲਾਗੇ ਆ ਜਾ ਯਾਰਾ, ਇਹ ਜਿਹੜੇ ਮੋਦੀ ਸਾਹਿਬ ਆਉਂਦੇ, ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਕਾਨੂੰਨ ਲਿਆਉਂਦੇ ਆ, ਅਤੇ ਇਹਦੇ ਨਾਲ ਬੜਾ ਫਾਇਦਾ ਹੋ ਜਾਣਾ ਵਾ। ਤੁਸੀਂ ਮਜ਼ਦੂਰ ਜਮਾਤ ਜੇ ਤੁਹਾਡਾ ਸ਼ੁਰੂ ਤੋਂ ਹੀ ਕਿਸਾਨ ਦੇ ਨਾਲ ਮਤਲਬ ਲੰਬੇ ਸਮੇਂ ਤੋਂ ਹੀ ਨਾਤਾ ਚੱਲਿਆ ਹੋਣ ਡਿਆ ਵਾ, ਪੱਠੇ ਡੱਠੇ ਜੋ ਕੁਛ ਵੀ ਹੈਗਾ ਸਾਰੀ ਸਾਂਝੀਆਂ ਸਕੀਰੀਆਂ ਆ, ਅਤੇ ਜੇ ਇੱਥੇ ਕੰਪਨੀ ਆ ਕੇ ਪਲਾਟ ਬਣਾ ਲੈਂਦੀ ਆ, ਅਤੇ ਇਹਨਾਂ ਕਾਨੂੰਨਾਂ ਬਾਰੇ ਤੁਸੀਂ ਕੀ ਸੋਚਦੇ ਜੇ? ਤੁਸੀਂ, ਤੁਹਾਡੇ ਕੋਲ ਜ਼ਮੀਨ ਤਾਂ ਹੈ ਨਹੀਂ ਗੀ, ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਫਰਕ ਪਊਗਾ? ਬੜੇ ਲੋਕ ਤੇ ਖੁਸ਼ੀਆਂ ਮਨਾਉਂਦੇ ਆ ਵੀ ਨਹੀਂ ਕਿਸਾਨ ਵੀ ਸਾਡੇ ਨਾਲ ਮਜ਼ਦੂਰ ਬਣ ਜਾਣਗੇ ਤੇ ਬਰਾਬਰ ਹੋ ਜਾਣਗੇ। ਜੇ ਮਾਲਕ ਹੀ ਭੁੱਖਾ ਮਜ਼ਦੂਰ ਨੇ ਕੀ ਲੈਣਾ? ਜੇ ਮਾਲਕ ਹੀ ਭੁੱਖਾ ਤੇ ਮਜ਼ਦੂਰ ਨੇ ਕੀ ਲੈਣਾ? ਜੇ ਉਹਦੇ ਕੋਲ ਕੋਈ ਹੋਊਗਾ ਤਾਂ ਉਹ ਦਊਗਾ ਕਿਸੇ ਨੂੰ? ਹੈ, ਸਾਡੀਆਂ ਗਰਜਾਂ ਹੀ ਕਰੀਬਨ ਜੱਟਾਂ ਕਿਸਾਨ ਕੋਲੋਂ ਚੱਲਦੀਆਂ, ਵਿਆਹ ਸ਼ਾਦੀ ਜੰਮਣਾ ਮਰਨਾ ਤਾਂ ਆਦਿ ਉਹਦੇ ਕੋਲੋਂ ਲੈਣੇ ਦੇਣੇ। ਆਹ ਜਿਹੜੀ ਲੇਬਰ ਆ ਫਿਰ ਵੀ ਆ ਗਈ ਨਾ, ਉੱਦਾਂ ਇਹਨਾਂ ਨੇ ਗੋਭੀ ਤੋੜਨੀ ਸੀ ਤੋਹਾਂ ਵੇਚਣ ਲੈ ਕੇ ਜਾਣੀ ਸੀ, ਅਤੇ ਅੱਜ ਉਸੇ ਗੋਭੀ ਨੂੰ ਤੋੜ ਕੇ ਲੈ ਗਏ ਅਤੇ ਆਪਣੇ ਡੰਗਰਾਂ ਜੋਗੀ ਜਾਂ ਆਪਣੀ ਰਸੋਈ ਜਾਗੇ ਲੈ ਚੱਲੇ ਆ, ਅਤੇ ਚਲੋ ਕਿਸੇ ਨਾ ਕਿਸੇ ਕੰਮ ਆ ਗਈ। ਪਰ ਜਿਹੜਾ ਮੇਨ ਪ੍ਰੋਡਿਊਸਰ ਆ ਜਿਹਨੂੰ ਮਾਲਕ ਕਹਿੰਦੇ ਆ ਜ਼ਮੀਨ ਵਾਲਾ, ਉਹਦੇ ਹਿੱਸੇ 'ਤੇ ਵਡਿਆਈ ਰਹਿ ਗਈ ਬਸ। ਹਾਂ, ਬੜਾ ਔਖਾ ਸੀਨ ਆ ਜੀ, ਪਰ ਚਲੋ ਇਹ ਤਾਂ ਸਮੱਸਿਆਵਾਂ ਆ। ਹੁਣ ਚੱਲਦੇ ਚੱਲਦੇ ਨਿੱਕੀ ਜਿਹੀ ਗੱਲ ਹਲਦੀ ਵੀ ਕਰ ਦਈਏ, ਅਜੇ ਵੀ ਕਿਸੇ ਨੂੰ ਜੇ ਭੁਲੇਖਾ ਆ, ਗੱਲ ਉਹੀ ਹੁੰਦੀ ਆ, ਬੰਦੂਕ ਦਾ ਜਿਹੜਾ ਮੁਕਾਬਲਾ ਬੰਦੂਕ ਨਾਲ ਕੀਤਾ ਜਾਂਦਾ ਆ, ਕੰਪਨੀ ਦਾ ਮੁਕਾਬਲਾ ਕੰਪਨੀ ਬਣਾ ਕੇ ਕੀਤਾ ਜਾਣਾ ਵਾ। ਜਿੰਨੀ ਕੁ ਏਕਤਾ, ਜਿੰਨਾ ਕੁ ਇਕੱਠ ਉੱਥੇ ਅਸੀਂ ਦਿਖਾ ਰਹੇ ਹਾਂ, ਜੇ ਕਿਤੇ ਉਨਾ ਕੁ ਆ ਕੇ ਪਿੰਡ 'ਚ ਵੀ ਬਰਕਰਾਰ ਰੱਖੀਏ, ਜਿਹੜਾ ਸਾਡੇ ਆਪਸ ਵਿੱਚ ਸ਼ਰੀਕੇ ਆ, ਖੱਚ ਪੁਣੇ ਆ, ਇੱਕ ਦੂਜੇ ਦੀਆਂ ਜੜ੍ਹਾਂ ਵੱਢਣੀਆਂ, ਇੱਕ ਦੂਜੇ ਦੀ ਜੜ੍ਹਾਂ 'ਚ ਤੇਲ ਦੇਣਾ, ਉਹ ਭਾਵਨਾ ਜੇ ਪੈਲੀ 'ਚ ਵੀ ਲਾਗੂ ਕਰ ਲਈਏ, ਉਹ ਭਾਵਨਾ ਤੋਂ ਨਿਕਲ ਕੇ ਬਾਹਰ ਆ ਦਿੱਲੀ ਵਾਲੀ ਭਾਵਨਾ, ਤਾਂ ਫਿਰ ਗੱਲ ਬਣ ਸਕਦੀ ਆ ਨਾ। ਇਕੱਠੇ ਤਾਂ ਹੋਣਾ ਜ਼ਰੂਰੀ ਆ, ਕਾਰਪੋਰੇਟ ਦਾ ਮੁਕਾਬਲਾ ਕਰਨੀ ਸਾਨੂੰ ਕੋਆਪਰੇਟਿਵ ਜਿਹੜੀ ਲਹਿਰ ਆ ਉਹ ਕਰਨੀ ਪੈਣੀ ਆ, ਜੇ ਕਿਸੇ ਨੂੰ ਅਜੇ ਵੀ ਭੁਲੇਖਾ। ਅਤੇ ਜੇ ਦਿੱਲੀਓਂ ਆ ਕੇ ਤਾਂ ਫਿਰ ਉਹੋ ਹੀ ਕੰਮ ਕਰਨਾ ਆ, ਪਾਰਟੀਬਾਜ਼ੀ ਅਤੇ ਜਾਤੀਵਾਦ ਵਰਗ ਵੰਡ, ਫਿਰ ਸਾਡਾ ਕੋਈ ਕੁਛ ਨਹੀਂ ਕਰ ਸਕਦਾ। ਫਿਰ ਉਹ ਹੌਲੀ ਹੌਲੀ, ਹੁਣ ਤਾਂ ਥੋੜ੍ਹਾ 2-4 ਸਾਲ ਲੇਟ ਆ, ਉਦੋਂ ਆ ਜਾਣਗੇ। ਹੁਣ ਅਕਸਰ ਇੱਦਾਂ ਹੀ ਆ, ਜੇ ਇਕੱਠੇ ਨਾ ਹੋਏ ਤਾਂ ਨਾ ਜੀ, ਪਹਿਲਾਂ ਦੇ ਸਾਰੇ ਆਪਣੇ ਇਕੱਠੇ ਨਹੀਂ ਹੁੰਦੇ, ਜਦੋਂ ਇਕੱਠੇ ਹੋ ਗਏ ਤਾਂ ਏਡੀ ਛੇਤੀ ਵਿਛੜਦੇ ਵੀ ਨਹੀਂ ਗੇ। ਚਲੋ ਮਹਾਰਾਜ ਕਰੇ, ਲੀਲਾ ਬਾਬੇ ਨਾਨਕ ਦੀ ਵਰਤਣ ਡੀ ਆ, ਇਹ ਕਿਸੇ ਲੀਡਰ ਨੇ, ਕਿਸੇ ਆਗੂ ਨੇ, ਕਿਸੇ ਬੰਦੇ ਨੇ ਨਹੀਂ ਇਹ ਲੀਲਾ ਰਚਾਈ, ਉਹਨੇ ਰਚਾਈ ਆ। ਜੀਵੇ ਆਸਾ ਮਰੇ ਨਿਰਾਸ਼ਾ, ਆਪਾਂ ਇੱਦਾਂ ਹੀ ਖਤਮ ਕਰਦੇ ਹਾਂ ਵੀ ਉੱਤੇ ਜੋ ਵੇਖਣ ਡਿਆ ਪਰਮਾਤਮਾ ਸਭ ਨੂੰ ਦੇਣ ਵਾਲਾ, ਗੁਰੂ ਨਾਨਕ ਦੇਵ ਦੇ ਲੰਗਰ ਤਾਂ ਖਤਮ ਨਹੀਂ ਹੋ ਸਕਦੇ, ਕਿਉਂਕਿ ਜੇ ਖੇਤੀ ਖਤਮ ਹੁੰਦੀ ਆ ਤਾਂ ਲੰਗਰ ਖਤਮ ਹੁੰਦੇ ਆ, ਅਤੇ ਲੰਗਰ ਖਤਮ ਹੋ ਨਹੀਂ ਸਕਦਾ। ਇਸ ਕਰਕੇ ਖੇਤੀ ਤਾਂ ਰਹਿਣੀ ਆ, ਪਰ ਖੇਤੀ ਦੇ ਸਾਨੂੰ ਥੋੜ੍ਹੇ ਜਿਹੇ ਢੰਗ ਤਰੀਕੇ ਬਦਲਣੇ ਪੈਣੇ ਆ। ਬਦਲੇ ਆ, ਆਪਾਂ ਕੀ ਦੱਸੋ ਕੀ ਕਰੀਏ ਆਪਾਂ ਹੁਣ, ਹਰ ਚੀਜ਼ ਤੇ ਆਪਾਂ ਬਦਲੇ ਆ ਜਿਹੜੀ ਕਣਕ। ਪਰ ਇਹਦਾ ਜਵਾਬ ਮੈਂ ਦੇਣਾ ਨਾ, ਇਹ ਤੁਸੀਂ, ਇਹ ਤੁਹਾਡੀ ਇਕੱਲਿਆਂ ਦੀ ਆ ਜੀ, ਮੁਨਾਫਾ ਹੁੰਦਾ ਤਾਂ ਇਕੱਲਿਆਂ ਨੂੰ ਹੋਣਾ ਸੀ, ਨੁਕਸਾਨ ਹੋਇਆ ਤਾਂ ਇਕੱਲਿਆਂ ਨੂੰ ਹੋਇਆ। ਇਹੋ ਹੀ ਜੇ ਤੁਸੀਂ ਕੋਈ FPO ਦੇ ਵਿੱਚ ਜਾਂ ਇੱਦਾਂ ਕੋਈ ਗਰੁੱਪ ਦੇ ਮੈਂਬਰ ਹੁੰਦੇ, ਅਤੇ ਕੋਈ 2-4 ਜਣੇ ਵੇਚਣ ਵਾਲੇ ਹੁੰਦੇ, 2-4 ਜਣੇ ਨੂੰ, ਹੁਣ ਕਹਿਣ ਨੂੰ ਕਿਹਾ ਜਾ ਰਿਹਾ ਵੀ ਗੋਭੀ ਦਾ ਅਚਾਰ ਵੀ ਪਾਇਆ ਜਾ ਸਕਦਾ, ਪ੍ਰੋਸੈਸਿੰਗ ਨਹੀਂ ਹੋਈ, ਆਪਾਂ ਸਿਰਫ ਪ੍ਰੋਡਿਊਸਰ ਹੀ ਰਹਿ ਗਏ ਹਾਂ। ਸਵਾਲ ਇਹ ਆ ਵੀ ਸਾਨੂੰ ਪ੍ਰੋਡਿਊਸ ਹੀ ਕਰਨਾ ਆਉਂਦਾ, ਸਾਨੂੰ ਪ੍ਰੋਡਿਊਸ ਕਰਨ ਵਾਲੇ ਪਾਸੇ ਲਾਇਆ ਗਿਆ, ਉਹ ਤੋਂ ਅਗਲੀ ਅਕਲ ਸਾਨੂੰ ਆਉਣੀ ਨਹੀਂ ਦਿੱਤੀ ਗਈ, ਨਾ ਹੀ ਸ਼ਾਇਦ ਲੈਣਾ ਚਾਹੁੰਦੇ ਹਾਂ। ਕਿਤੇ ਨਾ ਕਿਤੇ ਜਿਹੜਾ ਸਟਰਕ ਮਾਇੰਡ ਸੈੱਟ ਆ, ਜਾਂ ਕਹਿ ਲਓ ਵੀ ਕੰਫਰਟ ਜ਼ੋਨ 'ਚ ਰਹਿਣਾ, ਪਰ ਉਹ ਗੱਲਾਂ ਦਾ ਗੁੱਸਾ ਨਾ ਕਰਿਓ। ਜਿਹੜੇ ਆਪਣਾ ਅਸੀਂ ਕਿਸਾਨ ਹੈ ਨਾ, ਜਿਹੜੇ ਅਸੀਂ ਖੇਤੀ ਕਰਦੇ ਹਾਂ, ਸਾਡੇ ਕੋਲ ਇੰਨੀ ਪਹੁੰਚ ਹੀ ਨਹੀਂ ਪੈਂਦੀ ਕਿ ਅਸੀਂ ਕੋਲਡ ਸਟੋਰੇਜ 'ਚ ਰੱਖ ਲਈਏ।
ਜਾਂ ਕੋਈ ਪ੍ਰੋਸੈਸ ਕਰ ਲਈ। ਆ ਗਏ ਨਾ ਉੱਥੇ ਗੱਲ ਤੇ, ਤੁਹਾਡੇ ਕੋਲ ਕੱਲੇ ਕੋ ਪਹੁੰਚ ਨਹੀਂ ਪੈਣੀ, ਕੋਲਡ ਸਟੋਰ ਕੱਲਾ ਬਣਾ ਹੀ ਨਹੀਂ ਸਕਦਾ। ਉਹੀ ਗੱਲ ਤਾਂ ਫੇਰ ਆ ਗਈ ਨਾ, ਉਹੀ ਡਾਕਟਰ ਸੁਖਪਾਲ ਸਿੰਘ ਵਾਲੀ, ਪਨੀਤ ਥਿੰਦ ਵਾਲੀ, ਡਾਕਟਰ ਕੇਵਲ ਅਰੋੜਾ ਯੂਨੀਵਰਸਿਟੀ ਵਾਲੇ, ਉਧਰੋਂ ਡਾਕਟਰ ਗਿਆਨ ਸਿੰਘ ਨੇ ਤੇ ਡਾਕਟਰ ਗਿੱਲ ਨੇ, ਉਹ ਸਾਰੇ ਕੀ ਰੌਲਾ ਪਾਉਣ ਡੇ ਨੇ? ਇਹੋ ਹੀ ਪਾਉਂਦੇ ਨਾ, ਵੀ ਇਹ ਕੱਲੇ ਕੱਲੇ ਦੇ ਵੱਸ ਦੀ ਗੱਲ ਨਹੀਂ ਆ। ਖੇਤੀ ਤਾਂ ਸ਼ੁਰੂ ਤੋਂ ਹੀ ਕੱਲੇ ਕੱਲੇ ਦੇ ਵੱਸ ਦੀ ਗੱਲ ਨਹੀਂ ਸੀ, ਪਹਿਲਾਂ ਵੀ ਤੇ ਜੋਗਾਂ ਸਾਂਝੀਆਂ ਸੀ। ਹਾਂ ਪਰ ਚਲੋ ਨਹੀਂ ਇਕੱਠੇ ਹੁੰਦੇ ਤੇ ਫਿਰ ਉਹ ਸਿੱਧੀ ਪੰਜਾਬੀ ਦੀ ਗੱਲ ਆ। ਖਾਣ ਜੁੱਤੀਆਂ ਇਹ ਦਿੱਲੀ ਵਾਲਾ ਅੰਦੋਲਨ ਤੇ ਇੱਕ ਮਹਿਜ ਸ਼ੁਰੂਆਤ ਹੈ। ਜੇ ਅਸਲੀ ਅੰਦੋਲਨ ਆ ਕੇ ਪੈਲੀਆਂ 'ਚ ਨਾ ਕੀਤਾ ਤੇ ਭਾਣਾ ਉਹ ਵਾਪਰਨਾ ਆ ਜਿਹਨੂੰ ਅਸੀਂ ਟਾਲਣ ਵਾਸਤੇ ਅੱਜ ਲੜ ਰਹੇ ਹਾਂ। ਸਾਰਿਆਂ ਦਾ, ਵੇਖਣ ਵਾਲਿਆਂ ਦਾ ਬੜਾ ਬੜਾ ਧੰਨਵਾਦ ਜੀ। ਲੰਮੀ ਗੱਲ ਹੋ ਜੂਗੀ।